ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ। ਝੋਨੇ ਦੀ ਫਸਲ ਜਿਹੜੀ ਹੈਗੀ ਆ ਉਹ ਨਿਸਰ ਰਹੀ ਹੈ, ਪਕਾ ਵੱਲ ਨੂੰ ਜਾ ਰਹੀ ਹੈ। ਆਪਾਂ ਇਸ ਤੋਂ ਪਹਿਲਾਂ ਵੀਡੀਓ ਜ਼ਿਕਰ ਕੀਤਾ ਸੀ ਕਿ ਜਿਹੜੀ ਸ਼ਾਨਦਾਰ ਕਿਸਮ ਕਿਹੜੀ ਰਹੂਗੀ ਚੰਗੇ ਝਾੜ ਵਾਲੀ, ਉਹਦੇ ਵਿੱਚ ਆਪਾਂ ਕਿਉਂਕਿ ਜਿਹੜਾ ਹੈਗਾ PR 14, PR 13, PR 21-22, ਸੋਰੀ PR 121, PR 122, PR 113, PR 114, PR 127, PR 128, PR 129, PR 130, PR 131, ਇਹ ਦਰਮਿਆਨੇ ਸਮੇਂ ਵਾਲੀਆਂ ਤਕਰੀਬਨ ਕਿਸਮਾਂ। PR 126 ਘੱਟ ਸਮੇਂ ਵਾਲੀ ਕਿਸਮਾਂ। PR 126 ਤਾਂ ਚਾਰ ਪੰਜ ਸਾਲ ਤੋਂ ਬਹੁਤ ਸ਼ਾਨਦਾਰ ਪਰਫੋਰਮੈਂਸ ਦੇ ਰਹੀ ਹੈ, ਕਿਉਂਕਿ PR 131 ਲੇਟੈਸਟ ਵਰਾਇਟੀ ਸੀ, ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ ਕਿ ਸ਼ਾਨਦਾਰ ਝਾੜ ਆਊਗਾ। ਬਾਕੀ ਕਿਸਮਾਂ ਵੀ ਸ਼ਾਨਦਾਰ ਸਥਿਤੀ 'ਚ ਹੈ। ਦੇਖੋ ਆਪਾਂ ਜਿਹੜੇ ਨੁਕਤੇ ਸਾਂਝੇ ਕਰਦੇ ਹੁੰਦੇ ਹਾਂ, ਤੁਹਾਨੂੰ ਵੀ ਪਤਾ ਕਿ ਬੈਲੈਂਸ ਨਿਊਟ੍ਰੀਸ਼ਨ, ਸੰਤੁਲਿਤ ਖੁਰਾਕ, ਜਿਹਦੇ ਵਿੱਚ ਸੰਤੁਲਿਤ ਖੁਰਾਕ ਦੇ ਵਿੱਚ ਸਾਰੇ ਤੱਤ ਬੈਲੈਂਸ 'ਚ ਮਿਲਣੇ ਚਾਹੀਦੇ। ਜਿਹੜੀ ਜ਼ਮੀਨ ਦੇ ਵਿੱਚ ਤੁਹਾਡੀ 'ਚ ਜਿਹੜੀ ਘਾਟ ਆ ਉਹ ਪੂਰੀ ਹੋਣੀ ਚਾਹੀਦੀ ਆ। ਜੇ ਸਾਰੇ ਤੱਤ ਸਹੀ ਹੈ ਤਾਂ ਜਿਹੜੀ ਰੂਟੀਨ ਵਾਲੀ ਖੁਰਾਕ ਆ ਉਹ ਮਿਲਣੀ ਚਾਹੀਦੀ। ਕਈ ਵਾਰ ਕਿਸਾਨ ਵੀਰ ਪੁੱਛਦੇ ਹੁੰਦੇ ਆ ਕਿ ਸਾਡੇ ਜੀ ਜ਼ਮੀਨ 'ਚ ਘਾਟ ਨਹੀਂ ਆਈ, ਦਰਮਿਆਨਾ ਤੱਤ ਆਇਆ ਜਾਂ ਠੀਕ ਆਇਆ, ਠੀਕ ਆ ਜਾਂ ਦਰਮਿਆਨਾ, ਇਹਦਾ ਮਤਲਬ ਉੱਤੋਂ ਖੁਰਾਕ ਤਾਂ ਚਾਹੀਦੀ ਹੈ ਨਾ ਉਹਨੂੰ, ਜ਼ਮੀਨ 'ਚ ਹੈਗੀ ਆ ਪਰ ਉੱਤੋਂ ਤਾਂ ਚਾਹੀਦੀ। ਇਹ ਥੋੜ੍ਹੀ ਆ ਕਿ ਆਪਾਂ ਜ਼ਮੀਨ ਉਹ ਖਾਲੀ ਕਰ ਦੇਣੀ, ਵੀ ਜੇ ਹੈਗਾ ਤਾਂ ਆਪਾਂ ਰਹਿਣ ਦਿਓ ਅਤੇ ਵਿੱਚੋਂ ਕੱਢ ਲਓ ਸਾਰਾ, ਦੋ ਆਪਾਂ ਦੋ ਫਸਲਾਂ ਲਵਾਂਗੇ ਤਾਂ ਉਹ ਕੱਟ ਹੋ ਜੂਗਾ। ਸੋ ਇਹ ਬੇਨਤੀ ਹੁੰਦੀ ਸੰਤੁਲਿਤ ਖੁਰਾਕ ਦੇਣ ਦੀ। ਉਦੋਂ ਬਾਅਦ ਜਿਹੜੀਆਂ ਤੱਤਾਂ ਵਾਲੀਆਂ ਆਪਾਂ ਸਪਰੇਹਾਂ ਦੱਸੀਆਂ ਸੀ ਤੁਹਾਨੂੰ, ਫਿਰ ਗੋਭ ਸਮੇਂ NPK। PR 126 ਬਹੁਤ ਸ਼ਾਨਦਾਰ ਸਥਿਤੀ 'ਚ ਹੈ। ਬੇਨਤੀ ਇਹ ਆ ਕਿ ਜਿਹੜੇ ਕਈ ਕਿਸਾਨ ਵੀ ਬਹੁਤ ਜ਼ਿਆਦਾ ਯੂਰੀਆ 4, 5, 6 ਹੋ, ਜੇ ਕੋਈ ਵੱਧ ਵਾਲਾ ਹੋਵੇ ਵੀ ਦੱਸ ਦਿਆ ਜੇ, ਯੂਰੀਆ ਦੇ ਥੈਲੇ ਜ਼ਰੂਰ ਦੱਸ ਦਿਆ ਜੇ PR 126 'ਚ ਤੁਸੀਂ ਕਿੰਨੇ ਪਾਏ ਆ, ਕਿਉਂਕਿ ਘੱਟ ਸਮੇਂ ਵਾਲੀ ਕਿਸਮ ਹੈ। 30-30, 32-32 ਕਿਲੋ ਦੀਆਂ 3 ਕਿਸ਼ਤਾਂ। ਜ਼ਮੀਨ ਦੀ ਸਿਹਤ ਵੱਲ ਧਿਆਨ ਦੇਣਾ ਦਿੱਤਾ ਹੋਣਾ ਚਾਹੀਦਾ। ਜ਼ਮੀਨ 'ਚ ਆਪਾਂ ਪਰਾਲੀ ਪਾਉਣੀ, ਹਰੀ ਖਾਦ ਕਰਨੀ, ਰੂੜੀ ਜੇ ਜ਼ਰੂਰਤ ਹੈਗੀ ਹੈ ਤਾਂ ਜਾਂ ਜ਼ਰੂਰ ਆਪਣੇ ਕੋਲ ਅਵੇਲੇਬਲ ਹੈਗੀ ਹੈ ਤਾਂ ਉਹ ਜ਼ਰੂਰ ਪਾਓ। ਅਤੇ ਇਦੋਂ ਇਲਾਵਾ ਜਿਹੜੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਗੈਰਾ, ਤੱਤਾਂ ਵਾਲੀਆਂ ਜਿਹੜੀਆਂ ਸਪਰੇਆਂ ਉਹ ਬੜੀਆਂ, ਜ਼ਿੰਕ ਅਤੇ ਪੋਟਾਸ਼ ਜੇ ਇਹਦੀ ਘਾਟ ਆ ਜਾਂਦੀ ਹੈ ਤਾਂ ਇਹਨਾਂ ਝੋਨੇ ਦੇ ਵਿੱਚ ਅਤੇ ਸਪੈਸ਼ਲੀ ਬਾਸਮਤੀ ਦੇ ਵਿੱਚ ਤਾਂ ਫੋਕ ਬਣਨ ਦੇ ਬਹੁਤ ਚਾਂਸ ਰਹਿੰਦੇ। ਝੋਨੇ ਦੇ ਵਿੱਚ ਵੀ ਦਾਣਾ ਵੀ ਹਲਕਾ ਪੈਂਦਾ। ਤਾਂ ਜਿਹੜੀ ਜ਼ਰੂਰੀ ਗੱਲ ਆ, ਕਈ ਕਿਸਾਨ ਵੀਰ ਪੁੱਛਦੇ ਕਿ ਹੁਣ ਜਿਹੜਾ PR 126 ਬਾਰੇ ਕਾਫੀ ਜਿਹੜਾ ਹੈਗਾ ਗੱਲਬਾਤ ਚੱਲ ਰਹੀ ਕਿ ਇਹਦੀ ਮਾਰਕੀਟਿੰਗ ਦਾ ਕੀ ਹੈ, ਸਮੱਸਿਆ ਜਿਹੜਾ ਇਸ਼ੂ ਆ ਕਿਸਾਨ ਵੀਰੋ, ਇਸ ਟਾਈਮ ਜਿਹੜੇ ਸ਼ੈਲਰ ਜਿਹੜੀ ਇੰਡਸਟਰੀ ਆ ਉਹਨਾਂ ਦਾ ਇਸ਼ੂ ਹੈ ਕਿ ਇਹ ਮਤਲਬ ਜਿਹੜਾ ਪਹਿਲਾਂ ਵਾਲਾ ਚੌਲ ਆ ਉਹਦੀ ਜਿਹੜੀ ਅੱਗੇ ਸਪੈਸ਼ਲ ਲੱਗਣੀ ਆ ਤਾਂ ਉਹ ਜਿਹੜੇ ਇਹ ਜਿਹੜੇ ਇਸ਼ੂ ਹੁੰਦੇ ਇਹ ਸੋਰਟ ਆਊਟ ਹੋ ਜਾਂਦੇ ਹੁੰਦੇ ਸਰਕਾਰ ਲੈਵਲ 'ਤੇ। ਇਹ ਸੋਰਟ ਆਊਟ ਇਸ਼ੂ ਕਰ ਲਏ ਜਾਂਦੇ ਨੇ ਟਾਈਮ ਤੋਂ ਪਹਿਲਾਂ, ਕਰ ਲਏ ਜਾਂਦੇ ਨੇ ਕਿਉਂਕਿ ਮੰਡੀਆਂ ਜਿਹੜੀਆਂ ਤਕਰੀਬਨ ਅਕਤੂਬਰ 'ਚ ਚੱਲਣੀਆਂ ਨੇ ਤਾਂ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ, ਵਿਕਣ 'ਚ ਕੋਈ ਸਮੱਸਿਆ ਨਹੀਂ ਤੁਹਾਨੂੰ ਆਊਗੀ ਕਿਉਂਕਿ CM ਮਾਨਯੋਗ CM ਸਾਹਿਬ ਦਾ ਜਿਹੜਾ ਸੀਗਾ ਤੁਹਾਨੂੰ ਸਟੇਟਮੈਂਟ ਵੀ ਉਹਨਾਂ ਨੇ ਦਿੱਤੀ ਸੀ, ਕਿਸਾਨ ਵੀਰਾਂ ਦੇ ਨਾਂ 'ਤੇ ਸਟੇਟਮੈਂਟ ਦਿੱਤੀ ਸੀਗੀ ਕਿ ਤੁਸੀਂ ਜਿਹੜਾ ਹੈਗਾ ਇਹ ਦਰਮਿਆਨੇ ਅਤੇ ਘੱਟ ਸਮੇਂ ਵਾਲੀਆਂ ਕਿਸਮਾਂ ਲਾਓ ਜਿਹਦੇ ਨਾਲ ਪਾਣੀ ਦੀ ਬੱਚਤ ਆ, ਤੁਹਾਡੇ ਖਰਚੇ ਦੀ ਬੱਚਤ ਹੈ ਅਤੇ ਘੱਟ ਸਮੇਂ 'ਚ ਇਹ ਹੋ ਜਾਂਦਾ, ਲੇਟ ਲਾ ਕੇ ਸਮੇਂ ਸਿਰ ਪਹਿਲਾਂ ਵੱਢਿਆ ਜਾਂਦਾ, ਸਮੇਂ ਸਿਰ ਕਣਕ ਦੀ ਬਿਜਾਈ ਹੋ ਜਾਂਦੀ, ਪਰਾਲੀ ਘੱਟ ਹੁੰਦੀ, ਪਰਾਲੀ ਦੀ ਸਾਂਭ ਸੰਭਾਲ 'ਚ ਕੋਈ ਸਮੱਸਿਆ ਨਹੀਂ ਹੁੰਦੀ, ਬਹੁਤ ਵਧੀਆ ਕਿਸਮ ਹੈ PR 126। ਇਸ ਤੋਂ ਬਾਅਦ PR 130, PR 131, PR 131 ਵੀ ਬੜੀ ਸ਼ਾਨਦਾਰ ਪਰਫੋਰਮ ਕਰ ਰਹੀ ਹੈ। ਜਿਹੜੀ ਮੇਨ ਜ਼ਰੂਰੀ ਗੱਲ ਹੈ, ਜ਼ਰੂਰੀ ਗੱਲ ਇਹ ਹੈ ਕਿ ਝੋਨਾ ਜਦੋਂ ਤੁਸੀਂ ਵੱਢਣਾ ਨਾ, ਮੰਡੀ ਕਰਨੇ ਦਾ ਕਰਨਾ, ਮੰਡੀਆਂ 'ਚ ਲੈ ਕੇ ਜਾਣਾ, ਉਦੋਂ ਮੋਇਸਚਰ ਠੀਕ ਹੋਣਾ ਚਾਹੀਦਾ। ਜੇ ਆਪਾਂ ਗਿੱਲਾ ਝੋਨਾ ਲੈ ਜਾਂਦੇ ਉਹ ਵਰਾਇਟੀ ਚਾਹੇ ਕੋਈ ਵੀ ਆ ਉਹ 'ਚ ਦਿੱਕਤ ਆਊਗੀ। ਇਹ ਗੱਲ ਨੂੰ ਬੜਾ ਤੁਸੀਂ ਮੱਦੇਨਜ਼ਰ ਰੱਖਣਾ
ਕਿ ਤੁਸੀਂ ਗਿੱਲਾ ਝੋਨਾ ਨਹੀਂ ਵੱਢਣਾ, ਝੋਨਾ ਆਪਾਂ ਪ੍ਰੋਪਰ ਮੋਇਸਚਰ, ਜਦੋਂ ਵਾਢੀ ਵਾਲਾ ਮੋਇਸਚਰ ਹੋ ਗਿਆ ਨਾ 17% 'ਤੇ, ਉੱਥੇ ਜਾ ਕੇ ਵੱਢਣਾ। ਕਈ ਵਾਰ ਆਪਾਂ ਕਰਦੇ ਹਾਂ ਕਾਲੀ, ਜਦੋਂ ਮੰਡੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਦੂਜੇ ਨੂੰ ਦੇਖਿਆ ਦੇਖ, ਕਈ ਵਾਰ ਆਪਾਂ 2 ਦਿਨ 3 ਦਿਨ 4 ਦਿਨ ਝੋਨਾ ਪਹਿਲਾਂ ਵੱਢ ਲੈਂਦੇ ਹਾਂ, ਫਿਰ ਮੰਡੀ 'ਚ ਲੈ ਜਾਂਦੇ ਹਾਂ। ਉੱਥੇ ਜੇ ਗਿੱਲਾ ਝੋਨਾ, ਫਿਰ ਉੱਥੇ ਤੁਸੀਂ ਉਹਨੂੰ ਰੁਕਣਾ ਪੈਂਦਾ, ਉਹਦੇ ਕਰਕੇ ਮੰਡੀ 'ਚ ਗਲੱਟ ਵੱਜ ਜਾਂਦਾ, ਕਿਉਂਕਿ ਹੋਰ ਝੋਨਾ ਆਈ ਜਾਂਦਾ ਪਹਿਲਾਂ ਵਾਲਾ, ਉਹਦੀ ਜਿਹੜੀ ਬੋਲੀ ਨਹੀਂ ਲੱਗਦੀ, ਤਾਂ ਫਿਰ ਜਿਹੜੀ ਹੈਗੀ ਇਹ ਸਮੱਸਿਆ ਕ੍ਰੀਏਟ ਹੁੰਦੀ ਹੈ। ਜੇ ਆਪਾਂ ਸਹੀ ਮੋਇਸਚਰ 'ਤੇ ਝੋਨਾ ਲੈ ਕੇ ਜਾਵਾਂਗੇ, ਕਿਸੇ ਕਿਸਮ ਦੀ ਵਿਕਣ ਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਆਊਗੀ। ਇਹ ਗੱਲ ਦੇ ਵਿੱਚ ਆਪਾਂ ਆਪਦੀ ਜ਼ਿੰਮੇਵਾਰੀ ਸਮਝਣੀ ਆ ਕਿ ਜਿਹੜਾ ਝੋਨਾ, ਚਾਹੇ ਉਹ PR 126 ਚਾਹੇ ਕੋਈ ਹੋਰ ਕਿਸਮਾਂ ਨੇ, ਪ੍ਰੋਪਰ ਮੋਇਸਚਰ ਦੇ ਉੱਤੇ ਉਹਨੂੰ ਵੱਢਣਾ। ਜਿੱਥੇ ਤੁਸੀਂ ਵੱਧ ਯੂਰੀਆ 4-4, 5-5, 6-6 ਗੱਟੇ ਪਾਏ ਆ, ਉਸ ਗੱਲ ਦੇ ਵਿੱਚ ਤੁਸੀਂ ਥੋੜ੍ਹਾ ਪਾਣੀ ਨੂੰ ਐਡਜਸਟਮੈਂਟ ਕਰੋ ਕਿ ਉਹਦਾ ਮੋਇਸਚਰ ਸੈੱਟ ਆ ਜਾਏ, ਕਿਉਂਕਿ ਇਹ ਜਿਹੜਾ ਹੈਗਾ ਦਾਣਾ ਛੇਤੀ ਮੋਇਸਚਰ ਨਹੀਂ ਛੱਡਦਾ। ਇਹ ਗੱਲ ਦਾ ਖਾਸ ਖਿਆਲ ਰੱਖਣਾ, ਉਹਨੂੰ 2-3-4 ਦਿਨ ਜਿਹੜੇ, ਜਿਵੇਂ 15 ਦਿਨ ਪਹਿਲਾਂ ਪਾਣੀ ਬੰਦ ਕਰਨਾ, ਉਹਨੂੰ 18 ਦਿਨ ਪਹਿਲਾਂ ਕਰ ਲਓ, ਉਸ ਹਿਸਾਬ ਨਾਲ ਜਿਹੜੀ ਐਡਜਸਟਮੈਂਟ ਕਰ ਲਓ। 2 ਦਿਨ ਰੁਕ ਜਾਓ ਵਾਢੀ ਤੋਂ, ਇਹ ਨਾ ਹੋਵੇ ਕਿ ਆਪਾਂ ਗਿੱਲਾ ਝੋਨਾ ਲੈ ਜਾਈਏ ਅਤੇ ਫਿਰ ਦੋਸ਼ ਕਿਸੇ ਨੂੰ ਦੇਈਏ ਕਿ ਸਾਡਾ ਵਿਕਦਾ ਨਹੀਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।